ਵਿੱਚ ਕਈਆਂ ਦੇ ਰਸੌਂ ਦੀ ਫਿੱਟ ਆਈ ਪਈ ਆ, ਰਸੌਂ ਦੇ ਨਾਲ ਹੀ ਬੰਬ ਬਲਾਈ ਔਰ ਜਾਂਦੇ ਆ। ਰਸੌਂ ਤਾਂ ਸਾਰਿਆਂ ਨੂੰ ਚੰਗੀ ਹੈ, ਇੰਨੀ ਵਧੀਆ ਚੀਜ਼ ਆ ਉਹ, ਰਸੌਂ ਦੇ ਤਾਂ ਕੋਈ ਮੁੱਲ ਹੀ ਨਹੀਂ। ਇਹੋ ਜਿਹੀ ਕੀ ਖਾਸੀਅਤ ਰਸੌਂ ਦੇ ਵਿੱਚ? ਠੰਡੀ ਆ ਉਹ ਰਸੌਂ ਦਾ ਨਹੀਂ ਹੋਰ, ਉਹਦਾ ਬਾਬਾ ਜੀ ਨਾਲੇ ਕਹਿੰਦੇ ਵੀ ਉਹਦਾ ਤੇਜ਼ੀ ਵਾਲੀ ਹੁੰਦੀ ਆ, ਵੀ ਜੇ ਵੱਧ ਲੱਗ ਜੇ ਤੇਜ਼ ਵਾਲੀ, ਉਹ ਜੇ ਪਸ਼ੂ ਵਾਂਗੂ ਉਹਨੂੰ ਭਰ ਕੇ ਮਾਰੂ ਇਹ ਤਾਂ ਉਹਨੂੰ ਖਰਾਬ ਕਰੂਗੀ। ਕਹਿੰਦੇ ਵੀ ਨੱਕ ਥਾਈ ਦੀ ਵੀ ਨਿਕਲ ਜਾਂਦੀ ਆ, ਕਹਿੰਦੇ ਜੇ ਵੱਧ ਤੇਜ਼ ਕਰਕੇ ਲੱਗ ਜੇ ਗਲਤੀ ਯਾਰ। ਹੁਣ ਆਪਦੇ ਸਾਰੇ ਆ ਵੀ ਇਹ ਨੱਕ ਜਾਨਵਰ ਆ, ਜੇ ਆਪਾਂ ਐਡੀ ਡਲੀ ਠੋਕਾਂਗੇ ਫਿਰ ਤਾਂ ਮਾਰਾਂਗੇ ਉਹਨੂੰ, ਉਹਨੂੰ ਥੋੜ੍ਹੀ ਜਿਹੀ ਪਾ, ਉਹਨੂੰ ਤਾਂ ਫਿਰ ਬਾਹਲੀ ਥੋੜ੍ਹੀ ਲੱਗਦੀ ਹੋਊਗੀ, ਥੋੜ੍ਹੀ ਥੋੜ੍ਹੀ। ਕਿੰਨੀ ਕੁ ਲੱਗ ਜਾਂਦੀ ਆ ਫਿਰ ਵੀ ਉਹਦਾ ਯਾਰ? ਕਣਕ ਦੇ ਦਾਣੇ ਜਿੰਨੀ, ਕਣਕ ਦੇ ਦਾਣੇ ਜਿੰਨੀ ਵਾਧੂ ਆ, ਇੰਨਾ ਇੰਨੀ ਕਰ ਦਿੰਦੀਆਂ ਕੰਮ ਲੈ ਦੱਸ, ਨਾਲ ਦੀ ਨਾਲ ਪਾਣੀ ਹਰਾ ਕਰਦੀ ਬਣਦੀ ਕਾਹਦੇ ਤੋਂ? ਇਹ ਪਤਾ ਨਹੀਂ ਵੀ ਕਾਹ ਤੋਂ ਬਣਦੀ ਆ, ਐਂ ਤਾਂ ਆਪਾਂ ਨੂੰ ਪਤਾ ਨਹੀਂ। ਠੰਡੀ ਹੁੰਦੀ ਹੈ ਜਾਣੀ, ਠੰਡੀ ਹੁੰਦੀ ਆ। ਇਹ ਭੁੱਖੇ ਨੂੰ ਲੱਗਦੀ ਆ, ਰੱਜੇ ਹੋਏ ਨੂੰ ਲੱਗਦੀ ਹੈ? ਇਹ ਤਾਂ ਤੜਕੇ ਜਦੋਂ ਦਾਣੇ ਦੂਣੇ ਖਾਧੇ ਤੜਕੇ ਭੁੱਖੇ ਨੂੰ ਲਾਉਂਦੇ ਆ। ਠੀਕ ਹੈ, ਭੁੱਖੇ ਨੂੰ ਜਾਣੀ ਕਿ ਸਾਂਭਣ ਵਾਲੇ ਜਾਣੇ ਵੀ ਭੁੱਖੇ ਨੂੰ ਹੀ ਲੱਗਦੀ ਹੈ। ਸਾਂਭਣ ਵਾਲੇ ਜਾਣੇ ਤਾਂ ਗੇੜਾ ਲਾਉਂਦਾ ਹੂ, ਤਾਂ ਪਹਿਲਾਂ ਹੀ ਲਾਉਂਦੇ ਆ, ਪਹਿਲਾਂ ਹੀ ਲਾ, ਇੱਕ ਦਿਨ ਪਹਿਲਾਂ ਲਾਉਂਦੇ ਆ, ਇੱਕ ਦਿਨ ਪਹਿਲਾਂ ਠੋਕ ਦਿੰਦੇ ਆ ਬੱਦਲੇ ਨਾਲ, ਫਾੜਦੇ ਆ ਪਹਿਲਾਂ ਹੀ, ਦਾਣ ਦੂਦ ਬਦਾਮ ਦੂਦ ਦੇ ਦੇ ਇੱਕ ਦਿਨ ਪਹਿਲਾਂ ਲਾ ਕੇ। ਠੀਕ ਹੈ, ਜਾਣੀ ਕਿ ਇੱਕ ਦਿਨ ਪਹਿਲਾਂ ਲਾ ਕੇ ਇਹਦਾ